ਸਾਨਮ ਇਸ਼ਕ ਨਾ ਛੱਡਦਾ ਬਾਕੀਆਂ ਲਾਮ ਲੋਕ ਸੁਖਾ ਲੜਾ ਇਸ਼ਕ ਕਹਿੰਦੇ ਤੇ ਜ਼ਾਲਿਮ ਇਸ਼ਕ ਨਾ ਛੱਡਦਾ ਬਾਕੀਆਂ ਅਕਲ ਆਕਲਾਦੀ ਫੜ ਕੇ ਗੁੰਮ ਕਰਦਾ ਤੇ ਭੁੱਲ ਜਾਂਦੀਆਂ ਸਫੇ ਚਲਾਕੀਆਂ ਬੂਹੇ ਦੇ ਹੇਠ ਮਰਾਕ ਜੇ ਖੋਲ ਦੇਵੇ ਤੇ ਬੰਦ ਖੁਸ਼ੀ ਦੀਆਂ ਨੌਜਵਾਨਾਂ ਉਹ ਭੋਰਾ ਵੀ ਮਿਹਨਤ ਕਰ ਰਹੇ ਨੇ ਇੱਕ ਪੈਣੀ ਭੋਰਾ ਵੀ ਭਾਜੀ ਬਰਿਆ ਬਣਾਇਆ ਮਿਰਜ਼ਾ ਮਿਰਜ਼ਾ ਪਰ ਮੈਂ ਬਚ ਗਿਆ ਮਿਰਜ਼ਾ ਬਣਨ ਤੋਂ ਤਾਂ ਮੇਰੇ ਅੰਦਰ ਵਾਲਾ ਐਕਟਰ ਹੀ ਮਰ ਗਿਆ ਭਾਜੀ ਮੁਬਾਰਕਾਂ ਮਿਰਜ਼ੇ ਵਾਲੇ ਰੋਲ ਵਾਸਤੇ ਜੀ ਓਏ ਅੱਛਾ ਵੀ ਨੌਜਵਾਨਾਂ ਇਹ ਦੱਸ ਤੂੰ ਵਿਆਹ ਆਏ ਕਿ ਸਿੰਗਲ ਏ ਨਾ ਤੁਸੀਂ ਮੇਰੇ ਤੋਂ ਰੋਲ ਕਰਾਉਣਾ ਕਿ ਮੇਰਾ ਵਿਆਹ ਕਰਾਉਣਾ ਵਿਆਹ ਤੈਨੂੰ ਪਤਾ ਮੈਂ ਕਰਵਾਉਣੀ ਤੇਰਾ ਵਿਆਹ ਹੇਥੇ ਰੋਕ ਜਾ ਤੂੰ ਜਰਾ ਇਹ ਕੌਣ ਆ ਬਈ ਗਰਲ ਫਰੈਂਡ ਆ ਉਹ ਜਿਹੜੇ ਫੁੱਲ ਗਿਰਦੇ ਆ ਤਾਂ ਪਤਾ ਨੀ ਲੱਗਦਾ ਅਗਲੀ ਕੋਲ ਮੈਰਿਜ ਵਾਲਾ ਸਰਟੀਫਿਕੇਟ ਹੈ ਉਹ ਘਰ ਵਾਲੀ ਆ ਹੋਰ ਉੱਤਰੀ ਉੱਤਰੀ ਉਹ ਇੱਧਰ ਆ ਇੱਧਰ ਆ ਇੱਧਰ 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 ਚਲੋ ਜੀ ਇੱਥੇ ਇਹ ਤਾਂ ਵਿਹਲੇ ਬੰਦਿਆਂ ਦੇ ਕੰਮ ਨੇ ਤੇ ਅਸੀਂ ਹੋਏ ਜਵਾਕਾਂ ਵਾਲੇ ਸਾਡੇ ਕੋਲ ਨਹੀਂ ਹੈਗਾ ਟਾਈਮ ਡਰਾਮੇ ਡਰੂਮੇ ਕਰਨ ਵਾਸਤੇ ਓ ਭਾਈ ਬੀਬਾ ਇਹ ਤਾਂ ਰੋਲ ਹੀ ਬਹੁਤ ਇੰਪੋਰਟੈਂਟ ਸੀ ਤੇ ਇਹਨੇ ਘਰ ਵੀ ਬਹੁਤ ਵਧੀਆ ਲੈਣਾ ਸੀ ਆਹੋ ਗਿੱਲ ਸਾਹਿਬ ਨੂੰ ਤੁਸੀਂ ਇੱਥੇ ਰੱਖ ਲਓ ਰੋਲ ਕਰਵਾਉਣ ਵਾਸਤੇ ਤੇ ਜਵਾਕਾਂ ਨੂੰ ਮੈਂ ਛੱਡ ਆਉਂਦੀ ਹਾਂ ਗੁਰਦੁਆਰੇ ਉਹ ਇੱਕ ਮਿੰਟ ਯਾਰ ਕਰ ਲੈਂਦੇ ਮੈਨੂੰ ਨਹੀਂ ਨਹੀਂ ਚੁੱਪ ਕਰ ਤੂੰ ਤੇ ਘਰ ਨੂੰ ਤੋਰ ਮੈਥੋਂ ਨਹੀਂ ਲੋਕਾਂ ਦੀਆਂ ਸੁਣੀਆਂ ਜਾਂਦੀਆਂ ਲੋਕ ਤਾਂ ਅੱਗੇ ਕਹਿੰਦੇ ਨੇ ਬਈ ਇਹ ਡਰਾਮੇ ਵਾਲਿਆਂ ਨੂੰ ਤੋਂ ਲੋਕਾਂ ਦੇ ਤਵੇ ਲਾਉਣ ਤੋਂ ਬਗੈਰ ਹੋਰ ਕੋਈ ਕੰਮ ਨਹੀਂ ਆਉਂਦਾ ਕੋਈ ਕੁਛ ਕਹਿੰਦਾ ਤੇ ਕੋਈ ਕੁਛ ਕਹਿੰਦਾ ਉਹ ਭਾਈ ਬੀਬਾ ਆਪਦੇ ਘਰ ਨੂੰ ਸੋਹਣਾ ਤੇ ਸਾਫ ਰੱਖਣ ਦੀ ਖਾਤਰ ਉਹ ਜਦੋਂ ਕੂੜਾ ਕਰਕਟ ਸਾਫ ਕਰੀਦਾ ਨਾ ਓਏ ਕੁਛ ਨਾ ਕੁਛ ਕੱਟਾ ਤੇ ਆਪਦੇ ਉੱਤੇ ਵੀ ਪੈ ਜਾਂਦਾ ਤੇ ਹੋਰ ਐਂ ਕਰਕੇ ਝਾੜ ਦਿਓ ਦੇਖੋ ਬਈ ਘਰ ਤੇ ਸਾਫ ਰਹਿੰਦਾ ਨਾ ਨਾਲੇ ਕੱਟੇ ਦੀ ਪਰਵਾਹ ਨਹੀਂ ਕਰੀਦੀ ਕੱਟੇ ਦੀ ਪਰਵਾਹ ਕਰਨ ਲੱਗੇ ਤਾਂ ਜਿਉਣੀ ਜ਼ਿੰਦਗੀ ਉਹ ਨਾਲੇ ਭਾਈ ਬੀਬਾ ਇਹ ਤਾਂ ਸਾਰਾ ਕੰਮ ਹੀ ਕਮਿਊਨਿਟੀ ਦਾ ਉਹ ਕਿਸੇ ਇਕੱਲੇ ਕਹਿਰੇ ਦੇ ਵੱਸ ਦਾ ਥੋੜੀ ਆ ਦੇਖੋ ਜੀ ਸੌ ਹੱਥ ਰੱਸਾ ਤੇ ਸਿਰੇ ਤੇ ਗੰਢ ਤੁਸੀਂ ਆਪਣੀ ਕਮਿਊਨਿਟੀ ਵਿੱਚੋਂ ਕਿਸੇ ਹੋਰ ਨੂੰ ਪੁੱਛ ਲਓ ਆ ਗਿੱਲ ਸਾਹਿਬ ਨੇ ਨਹੀਂ ਬਣਨਾ ਮਿਰਜ਼ਾ ਮੁਰਜ਼ਾ ਯਾਰ ਬਣ ਜਾਣ ਦੇ ਨਹੀਂ ਨਹੀਂ ਤੂੰ ਚੁੱਪ ਕਰ ਤੇ ਘਰ ਨੂੰ ਤੁਰ ਹੋਰ ਬਥੇਰੇ ਹੈਗੇ ਕੰਮ ਕਰਨ ਵਾਲੇ ਤੂੰ ਤੁਰਦਾ ਬਣ ਬਥੇਰੇ ਹੈਗੇ ਮਿਰਜ਼ੇ ਉਹ ਬਣ ਤੂੰ ਏਦਾਂ ਹੀ ਠੀਕ ਆ ਤੂੰ ਤੁਰ ਇੱਧਰ ਆ ਇੱਧਰ ਕਿੱਧਰ ਤੁਰਿਆ ਜਾਂਦਾ ਆ ਰੀਆਂ ਨੂੰ ਕਿੰਨਾ ਚੱਕਣਾ ਤੇਰੀ ਬੇਬੇ ਨੇ ਚੁੱਪ ਕਰ ਨੂੰ ਬਾਏ ਬੇਟੇ ਨਾ ਹੁਣ ਤੂੰ ਤੁਰੇਗਾ ਕਿ ਨਹੀਂ ਜਾਂ ਲਾਵਾਂ ਮੈਂ ਜੁੱਤੀ ਤੁਰਦਾ ਬਣ ਭਾਜੀ ਉਹ ਭਾਜੀ ਮੈਨੂੰ ਨਹੀਂ ਲੱਗਦਾ ਹਾਂ ਮਿਰਜ਼ੇ ਦੀ ਹਾਲਤ ਵੇਖੇ ਕੋਈ ਹੋਰ ਮਿਰਜ਼ਾ ਵੀ ਆਊਗਾ ਹੁਣ ਤੇ ਇੰਟਰੋਡਕਸ਼ਨ ਕਰਾ ਦਿਓ ਨਾ ਤੇ ਭਾਜੀ ਆ ਅੱਗੇ ਤੋਂ ਨਾ ਚੱਜ ਦਾ ਨਾਟਕ ਲਿਖਿਓ ਆ ਜਿਹਦੇ 'ਚ ਕੋਈ ਜਾਨਵਰ ਜੂਨਵਰ ਨਾ ਹੋਵੇ ਆ ਨਾ ਜਾਨਵਰ ਹੋਵੇ ਨਾ ਹੋਵੇਗਾ ਜਾਨਵਰ ਤੇ ਨਾ ਹੋਵੇਗੀ ਲਿੱਤ ਓਏ ਸਾਡਾ ਇਹ ਨਾਟਕ ਵਧੀਆ ਹੀ ਸੀ ਓਏ ਅਸੀਂ ਮਿਰਜ਼ੇ ਨੂੰ ਸੁੱਤੇ ਪਏ ਚੰਡ ਹੇਠ ਨਹੀਂ ਸੀ ਦਿਖਾਉਣਾ ਤੇ ਨਾ ਹੀ ਮਰਦੇ ਦਿਖਾਉਣਾ ਸੀ
ਤੇ ਨਾ ਹੀ ਅਸੀਂ ਸਾਹਿਬਾਂ ਨੂੰ ਮਿਰਜ਼ੇ ਤੇ ਤੀਰਾਂ ਨੂੰ ਤੋੜਦੇ ਹੋਏ ਦਿਖਾਉਣਾ ਸੀ। ਉਹ ਅਸੀਂ ਤਾਂ ਮਿਰਜ਼ੇ ਤੇ ਸਾਹਿਬਾਂ ਨੂੰ ਮੋਢੇ ਨਾਲ ਮੋਢਾ ਜੋੜ ਇੱਕ ਵਧੀਆ ਜ਼ਿੰਦਗੀ ਬਸਰ ਕਰਦੇ ਹੋਏ ਦਿਖਾਉਣਾ ਸੀ। ਕਾਸ਼ ਓਏ ਕਾਸ਼ ਮੈਨੂੰ ਮੇਰਾ ਮਿਰਜ਼ਾ ਮਿਲ ਗਿਆ ਹੁੰਦਾ। ਅੰਕਲ ਤੁਸੀਂ ਕੀ ਸੋਚਦੇ ਹੋ, ਇਹਨਾਂ ਲੋਕਾਂ ਵਿੱਚੋਂ ਤੁਹਾਡਾ ਮਿਰਜ਼ਾ ਮਿਲੇਗਾ ਜਿਨ੍ਹਾਂ ਨੂੰ ਆਪਣੇ ਸਵਾਰਥ ਤੋਂ ਸਵਾਈ ਕੁਝ ਹੋਰ ਸੋਚਦਾ ਹੀ ਨਹੀਂ ਹੈ? ਇਹਨਾਂ ਲੋਕਾਂ ਵਿੱਚੋਂ ਤੁਸੀਂ ਆਪਣਾ ਮਿਰਜ਼ਾ ਭਰਦੇ ਹੋ ਜਿਹੜੇ ਆਪਣੀ ਅੱਡੋ ਅੱਡ ਟੂਤੀ ਤਾਂ ਵਜਾ ਸਕਦੇ ਨੇ ਪਰ ਕਮਿਊਨਿਟੀ ਦੇ ਕਿਸੇ ਇੱਕ ਕੰਮ ਦੇ ਵਿੱਚ ਵੀ ਤੁਹਾਡੇ ਨਾਲ ਨਹੀਂ ਖੜਦੇ। ਓਏ ਤੁਸੀਂ ਇਹਨਾਂ ਲੋਕਾਂ ਦੇ ਵਿੱਚੋਂ ਮਿਰਜ਼ੇ ਦੀ ਉਡੀਕ ਕਰ ਰਹੇ ਸੀਗੇ? ਓਏ ਜਿਨ੍ਹਾਂ ਦਾ ਸੁਭਾਅ ਹੀ ਇੱਕ ਦੂਜੇ ਦੀ ਲੱਤ ਖਿੱਚਣਾ ਤੇ ਆਪਣਾ ਉੱਲੂ ਸਿੱਧਾ ਰੱਖਣਾ ਬਣ ਗਿਆ। ਤੁਸੀਂ ਇਹਨਾਂ ਲੋਕਾਂ 'ਚੋਂ ਆਪਣੇ ਮਿਰਜ਼ੇ ਦੀ ਤਲਾਸ਼ ਕਰ ਰਹੇ ਆ ਜਿਹੜੇ ਹਜੇ ਤੱਕ ਆਪਣੀਆਂ ਪੁਰਾਣੀਆਂ ਸੋਚਾਂ ਨਾਲ ਚੁੰਬੜੇ ਹੋਏ ਆ? You want your mirza from these people who have no time for their own kids? ਉਹ ਤੁਸੀਂ ਇਹਨਾਂ ਲੋਕਾਂ 'ਚੋਂ ਮਿਰਜ਼ਾ ਭਾਲਦੇ ਆ ਉਹ ਜਿਹੜੇ ਘਰਾਂ ਵਿੱਚ ਤਾਂ ਬਥੇਰੀਆਂ ਪ੍ਰਾਈਵੇਸੀਆਂ ਰੱਖਦੇ ਨੇ ਤੇ ਘਰਾਂ ਤੋਂ ਬਾਹਰ ਸੜਕਾਂ ਤੇ ਸ਼ਰੇਆਮ ਆਪਣੀਆਂ ਇੱਜ਼ਤਾਂ ਦਾ ਜਲੂਸ ਕੱਢਦੇ ਨੇ। ਜਾਂ ਫਿਰ ਇਹਨਾਂ ਲੋਕਾਂ ਵਿੱਚੋਂ ਮਿਰਜ਼ਾ ਭਾਲਦੇ ਹੋ ਜੋ ਅੱਜ ਗਲਤ ਕੰਮ ਕਰਦੇ ਨੇ ਪਰ ਇਹ ਨਹੀਂ ਸੋਚਦੇ ਕਿ ਕੱਲ ਨੂੰ ਇਹਦਾ ਲੇਖਾ ਜੋਖਾ ਵੀ ਦੇਣਾ ਪੈ ਸਕਦਾ ਹੈ। ਤੇ ਤੁਸੀਂ ਇਹਨਾਂ ਲੋਕਾਂ 'ਚ ਮਿਰਜ਼ਾ ਨੂੰ ਤਲਾਸ਼ ਕਰ ਰਹੇ ਹੋ ਜਿਹੜੇ ਲੋਕਾਂ ਦੇ ਕਮੈਂਟ ਤੇ ਕਰ ਸਕਦੇ ਨੇ ਪਰ ਕਿਸੇ ਦੀ ਤਰੱਕੀ 'ਚ ਸਾਧਨ ਨਹੀਂ ਬਣ ਸਕਦੇ। ਹੋ ਤੂਫਾਨਾਂ ਨੂੰ ਠਲ ਵੀ ਪਾ ਦੇ ਵਣ ਖੜ ਜਾਣ ਦੇ ਅੜ ਵਿੱਚ ਰਾਹਾਂ ਦੇ ਇਹ ਲੋਕ ਹੁੰਦੇ ਨੇ ਉਹ ਸ਼ਕਤੀ ਰੁਖ ਮੋੜ ਦੇਣ ਦਰਿਆਵਾਂ ਤੇ। ਸੱਚਾ ਮਿਰਜ਼ਾ ਆਵੇਗਾ, ਮੇਰਾ ਮਿਰਜ਼ਾ ਆਵੇਗਾ, ਆਕਾਸ਼ ਵਿੱਚੋਂ ਨਹੀਂ ਇਹਨਾਂ ਲੋਕਾਂ ਵਿੱਚੋਂ ਵੀ ਆਵੇਗਾ ਮੇਰਾ ਮਿਰਜ਼ਾ, ਇਹਨਾਂ ਲੋਕਾਂ ਵਿੱਚੋਂ ਵੀ ਆਵੇਗਾ। ਭਾਜੀ ਮੈਨੂੰ ਪਤਾ ਭਾਜੀ ਤੁਸੀਂ ਮੇਰੀ ਇੰਟਰੋਡਕਸ਼ਨ ਨਹੀਂ ਕਰਾਉਣੀ, ਮੈਨੂੰ ਆਪੋ ਆਪਣੀ ਇੰਟਰੋਡਕਸ਼ਨ ਕਰਾਉਣੀ ਪੈਣੀ ਹੈ। ਤੇ ਗੁਰਜੀਤ ਕੰਘ ਦੇ ਰੋਲ ਦੇ ਵਿੱਚ ਸਨ ਗੁਰਜੀਤ ਕੰਘ ਤੇ ਬਾਕੀ ਦੇ ਜਿਹੜੇ ਉਹ ਆਰਟਿਸਟ ਕਿੱਥੇ ਉਹ ਮੈਂ ਲੈ ਕੇ ਆਇਆ ਖੇਡੋ ਖੇਡੋ।